ਹਾਂਜੀ ਸਤਿ ਸ਼੍ਰੀ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੋਗ 'ਚ। ਵੈਸੇ ਹਜੇ ਕੱਲ੍ਹ ਵਾਲਾ ਵਲੋਗ ਮੈਂ ਐਂਟਰ ਨਹੀਂ ਕੀਤਾ, ਐਡੀਟਿੰਗ ਵਗੈਰਾ ਸਾਰਾ ਕੁਝ ਹੀ ਪਿਆ ਹੈ, ਅਤੇ ਇੱਧਰ ਪੈਲੀ 'ਚ ਆ ਗਏ ਸੀਗੇ। ਮੈਂ ਕਿਹਾ ਚੱਲ ਆ ਵਲੋਗ ਸਟਾਰਟ ਕਰ ਹੀ ਲੈਂਦੇ ਹਾਂ। ਫਿਲਹਾਲ ਮਟਰਾਂ ਵਾਲੇ ਥਾਂ 'ਚ ਬੀਜਣ ਲੱਗਿਆ ਪੱਠੇ, ਅਤੇ ਪੰਗਾ ਲੈ ਕੇ ਵੇਚਣ ਲੱਗੇ ਸੁਪਰ ਸੀਡਰ ਨਾਲ। ਆਪਣੇ ਵਾਲਾ 2 ਸਪੀਡ ਹੈ ਅਤੇ ਠੀਕ ਚੱਲਦਾ, ਬਾਕੀ ਆਪਾਂ ਬੀਜਦੇ ਹਾਂ। ਰੋਕਾ ਮੁੰਡੇ, ਖਾਲੀ ਵਾਹਨ 'ਚ ਤਾਂ ਸੁਪਰ ਸੀਡਰ 'ਤੇ ਚੱਲਦਾ ਜਮਾਂ ਸਹੀ, 8 ਫੁੱਟ ਆਏ। ਅਤੇ ਪਰਾਲੀ ਵਾਲੇ ਵਾਹਨ 'ਚ ਬਸ ਦਿੱਕਤ ਇਹੀ ਆਊਗੀ ਕਿ ਸਫਾਈ ਨਹੀਂ ਆਉਣੀ ਜ਼ਿਆਦਾ, ਕਿਉਂਕਿ 2 ਸਪੀਡ ਹੈ। ਲਓ ਵੀ ਮੁੰਡਿਓ, ਮੱਕੀ ਵਾਲਾ ਕੰਮ ਡਨ ਕਰਤਾ, ਮੱਕੀ ਬੀਜਿਆ ਆ। ਅਤੇ ਆਹ ਦੇਖੋ ਤੁਸੀਂ ਇੱਥੇ ਸੀਨ, ਕੱਲ੍ਹ ਵਾਲਾ ਵਲੋਗ ਹੁਣ ਜੇ ਐਂਡ ਕਰਕੇ ਅਤੇ ਐਡਿਟ ਕਰਕੇ ਰੈਂਡਰ ਕਰਨਾ ਲਾਇਆ ਹੋਇਆ, ਠੀਕ ਹੈ। ਅਤੇ ਉਸ ਦੇ ਨਾਲ ਇੱਧਰ ਸੀਨ ਵੈਸੇ ਤਾਂ ਮੈਂ ਵਿਖਾ ਹੀ ਦਿੱਤਾ ਪਿਛਲੇ ਵਲੋਗ 'ਚ, ਵੀ ਆਪਾਂ ਆਹ ਟਰੈਕਟਰ ਰੈਡੀ ਕਰ ਲਿਆ, ਠੀਕ ਹੈ ਸਵਰਾਜ। ਅਤੇ ਆਹ ਜਿਹੜਾ ਆਪਣਾ ਵੱਡਾ ਟਰੈਕਟਰ ਹੈ, ਇਹਦੇ 'ਤੇ ਕੰਮ ਚੱਲਣ ਦਿਆ। ਚੱਲਣ ਦਿਆ ਮਤਲਬ ਵੀ ਆਲਮੋਸਟ ਰੇਡੀ ਮੰਨ ਕੇ ਚੱਲੋ ਤੁਸੀਂ। ਅੱਜ ਕੋਸ਼ਿਸ਼ ਹੈ ਮੇਰੀ ਕਿ ਇਹਨੂੰ ਡਨ ਕਰ ਦਾਂਗੇ, ਠੀਕ ਹੈ, ਅੱਜ ਇਹਨੂੰ ਚਲਾ ਕੇ ਵੇਖ ਲਾਂਗੇ ਆਪਾਂ। ਅਤੇ ਉਹਦੇ ਵਾਸਤੇ ਇੱਕ ਤਾਂ ਰਿਮੋਟ ਚੱਕੀਏ, ਆਹ ਡੱਬਾ ਚੱਕਦੇ ਹਾਂ। ਜਦੋਂ ਦੇ ਰਿਮੋਟ ਆਏ ਨੇ ਇਹਨਾਂ ਨੂੰ ਵੇਖਿਆ ਨਹੀਂ ਗਾ ਖੋਲ੍ਹ ਕੇ ਚਲਾ ਕੇ ਵੀ ਕੀ ਸੀਨ ਹੈ, ਠੀਕ ਹੈ। ਨਾਲੇ ਤਾਂ ਇਹਨਾਂ ਦੀ ਕਰਦੇ ਹਾਂ ਅਨਬੋਕਸਿੰਗ, ਆਪਾਂ ਇਹਦੀ ਤਾਂ ਇੱਕ ਸ਼ੋਰਟ ਵੀਡੀਓ ਬਣਾ ਦਾਂਗਾ ਮੈਂ ਅਨਬੋਕਸਿੰਗ ਦੀ। ਅਤੇ ਉਸ ਦੇ ਨਾਲ ਅੱਜ ਅਸੈਂਬਲ ਕਰ ਦਾਂਗੇ ਆਪਣਾ ਸਵਰਾਜ। ਅਤੇ ਜਿਹੜੇ 911 ਨੇ ਉਹਦੇ ਮੜਗਾੜ ਇੱਥੇ ਪੇਂਟ ਕਰਕੇ ਰੱਖੇ ਹੋਏ ਨੇ। ਹਾਂ ਦੇਖੋ ਪਰਲੇ ਦੋ ਤਿੰਨ ਦਿਨ ਹੋ ਗਏ ਪੇਂਟ ਕੀਤਿਆਂ ਨੂੰ, ਉਹ ਤਾਂ ਲਗਭਗ ਪੇਂਟ ਸੁੱਕ ਹੀ ਗਿਆ। ਇਹਨਾਂ ਨੂੰ ਰਾਤ ਕੀਤਾ ਸੀ ਪੇਂਟ, ਅਤੇ ਇੱਕ ਕਲੇਅਰ ਹੋਰ ਮਾਰ ਕੇ ਇਹਨਾਂ ਦਾ ਵੀ ਕੰਮ ਡਨ ਕਰਦੇ ਹਾਂ। ਫਿਲਾਮੈਂਟ ਅਜੇ ਤੱਕ ਪਹੁੰਚਿਆ ਨਹੀਂ ਮੇਰੇ ਕੋਲ, ਫਿਲਾਮੈਂਟ ਆਉਂਦਾ ਅਤੇ ਉਦੋਂ ਬਾਅਦ ਫਿਰ ਦੋਵੇਂ ਜਿਹੜੇ 911 ਨੇ ਉਹਨਾਂ ਦੇ ਟਾਇਰ ਪ੍ਰਿੰਟ ਕਰਨੇ ਲਾ ਦਾਂਗੇ ਆਪਾਂ, ਠੀਕ ਹੈ। 911 ਦੇ ਪਿਛਲੇ ਟਾਇਰ ਪ੍ਰਿੰਟ ਕਰਨੇ ਨੇ, ਅਗਲੇ ਟਾਇਰ ਇੱਕ ਟਰੈਕਟਰ ਦੇ ਤਾਂ ਰੇਡੀ ਨੇ, ਇੱਕ ਟਰੈਕਟਰ ਦੇ ਪ੍ਰਿੰਟ ਕਰਨੇ ਨੇ। ਉਹ ਮੈਂ ਦੇਖਾਂਗਾ ਜੇ ਫਲੈਕਸੀਬਲ ਫਿਲਾਮੈਂਟ ਆ ਗਿਆ ਤਾਂ ਫਿਰ ਉਹਦੇ ਨਾਲ ਪ੍ਰਿੰਟ ਕਰ ਲਾਂਗੇ, ਨਹੀਂ ਤਾਂ ਇਸੇ ਨਾਲ ਹੀ ਚੱਲਣ ਦਾਂਗੇ, ਕਿਉਂਕਿ ਆਹ ਵੀ ਚੀਜ਼ ਸਹੀ ਹੈ। ਇਹਨਾਂ ਦੀ ਲੁੱਕ ਸੁੱਕ ਜ਼ਿਆਦਾ ਵਧੀਆ ਹੁੰਦੀ ਹੈ ਫਲੈਕਸੀਬਲ ਨਾਲੋਂ। ਚਲੋ ਕੋਈ ਨਹੀਂ, ਦੇਖ ਲਾਂਗੇ ਜੋ ਵੀ ਹੋਊਗਾ ਜਿਵੇਂ ਵੀ ਹੋਊਗਾ ਕਰ ਲਾਂਗੇ ਆਪਾਂ। ਬਾਕੀ ਆਹ ਜਿਹੜੇ ਟਾਇਰ ਨੇ ਨਾ, ਇਹ ਮੈਂ ਸੋਚਣ ਦਿਆ ਸੀ ਕਿ ਆਪਣੇ ਇਸ ਨੂੰ ਕਿੱਦਾਂ ਦੇ ਲੱਗਣਗੇ ਪਏ, ਇਸ ਨੂੰ ਆਹ ਟਾਇਰ ਵੈਸੇ ਤਾਂ ਠੀਕ ਨੇ ਪਰ ਥੋੜ੍ਹੇ ਜਿਹੇ ਛੋਟੇ ਨੇ, ਜਾਂ ਤਾਂ ਥੋੜ੍ਹੇ ਜਿਹੇ ਵੱਡੇ ਹੁੰਦੇ ਨਾ ਟਾਇਰ, ਫਿਰ ਆਪਾਂ ਇਸ ਨੂੰ ਪਾ ਦੇਣੇ ਸੀਗੇ। ਬਾਕੀ ਚਲੋ ਦੇਖਦੇ ਹਾਂ, ਅੱਜ ਸੱਚ ਹੋਲੀ ਹੈ ਇਸ ਕਰਕੇ ਮਿੱਖਲ ਵੀ ਫੋਨ ਨਹੀਂ ਚੱਕਣ ਦਿਆ। ਉਹਨੂੰ ਪੁੱਛਣਾ ਸੀ ਮੈਂ ਕਿ ਹੋਰ ਕਿਹੜੇ ਕਿਹੜੇ ਟਰੈਕਟਰ ਦੇ ਕਿੰਨੇ ਔਰਡਰ ਆ ਗਏ ਨੇ, ਕਿਉਂਕਿ ਕੱਲ੍ਹ ਉਹ ਰਿਪਲਾਈ ਕਰਨ ਦਿਆ, ਅਤੇ ਅੱਜ ਮੈਨੂੰ ਲੱਗਦਾ ਉਹਨੇ ਫੋਨ ਫਾਨ ਸਾਂਭ ਕੇ ਰੱਖਿਆ ਹੋਇਆ, ਅਤੇ ਇਸ ਕਰਕੇ ਫੋਨ ਨਹੀਂ ਚੱਕਣ ਦਿਆ। ਬਾਕੀ ਚਲੋ ਕੋਈ ਨਹੀਂ, ਸ਼ਾਮ ਨੂੰ ਕਰਦੇ ਹਾਂ ਉਹਦੇ ਨਾਲ ਗੱਲ ਕੀ ਕਹਿੰਦਾ, ਫਿਰ ਜਿਹੜੇ ਹਿਸਾਬ ਨਾਲ ਔਰਡਰ ਆਏ ਹੋਣਗੇ ਉਸ ਹਿਸਾਬ ਨਾਲ ਅੱਗੇ ਕਰ ਲਾਂਗੇ ਕੰਮ ਆਪਾਂ, ਠੀਕ ਹੈ। ਹੁਣ ਇੱਕ ਵਾਰੀ ਮੈਂ ਸਵਰਾਜ 'ਤੇ ਕਰਦਾ ਕੰਟੀਨਿਊ, ਵੀ ਸਵਰਾਜ ਕਰਦੇ ਹਾਂ ਅਸੈਂਬਲ, ਠੀਕ ਹੈ, ਅਤੇ ਨਾਲੇ ਵਲੋਗ ਅਪਲੋਡ ਕਰਦੇ ਹਾਂ। ਸੀਨ ਇੱਦਾਂ ਹੈ ਕਿ ਆਹ ਚੈੱਕ ਕਰੋ ਤੁਸੀਂ ਆਪਣਾ ਸਵਰਾਜ, ਫੀਟਿੰਗ ਵਾਲਾ ਕੰਮ ਚੱਲਣ ਦਿਆ ਇਹਦੇ ਵਿੱਚ, ਆਲਮੋਸਟ ਫੀਟਿੰਗ ਤੁਸੀਂ ਮੰਨ ਕੇ ਚੱਲੋ ਡਨ ਹੈ, ਠੀਕ ਹੈ। ਅਤੇ ਇਹਦੇ ਵਿੱਚ ਨਾ ਇੱਕ ਚੀਜ਼ ਮੈਨੂੰ ਚੇਂਜ ਕਰਨੀ ਪਈ ਹੈ, ਜਿਹੜਾ ਇਹਦਾ ਰਿਸੀਵਰ ਸੀ ਨਾ, ਇਹਦਾ ਕਵਰ ਜਿਹੜਾ ਉਹ ਮੈਨੂੰ ਲਾਉਣਾ ਪਿਆ ਇਹਦਾ,
ਕਿਉਂਕਿ ਕਵਰ ਜਿਹੜਾ ਇਹਦਾ ਵੱਡਾ ਏ, ਠੀਕ ਹੈ, ਅਤੇ ਕਵਰ ਦੇ ਨਾਲ ਰਿਸੀਵਰ ਇਹਦੇ 'ਚ ਫਿੱਟ ਨਹੀਂ ਹੁੰਦਾ ਸਹੀ ਢੰਗ ਤਰ੍ਹਾਂ, ਵੀ ਜਗ੍ਹਾ ਹੈ ਨਹੀਂ ਇਹਦੇ ਵਿੱਚ ਇੰਨੀ, ਠੀਕ ਹੈ, ਅਤੇ ਇਸ ਕਰਕੇ ਮੈਂ ਰਿਸੀਵਰ 'ਚੋਂ ਕੱਢ ਕੇ ਸਰਕਿਟ ਨੂੰ ਅਤੇ ਸਿੱਧਾ ਹੀ ਆਪਾਂ ਫਿੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਚਲੋ ਮੈਂ ਟਰਾਈ ਤਾਂ ਕਰਾਂਗਾ ਕਿ ਕਵਰ ਸਮੇਤ ਹੀ ਉਹਨੂੰ ਮੈਂ ਫਿੱਟ ਕਰ ਸਕਾਂ ਇਹਦੇ ਵਿੱਚ, ਅਤੇ ਜੇ ਨਾ ਹੋਇਆ ਫਿਰ ਆਪਾਂ ਨੂੰ ਸਰਕਿਟ ਇੱਦਾਂ ਹੀ ਫਿੱਟ ਕਰਨਾ ਪੈਣਾ। ਪ੍ਰੋਬਲਮ ਕੋਈ ਨਹੀਂ ਆਉਂਦੀ ਇਹਦੇ ਵਿੱਚ, ਠੀਕ ਹੈ, ਇੱਦਾਂ ਸਗੋਂ ਜ਼ਿਆਦਾ ਸਹੀ ਹੈ, ਹਵਾ ਵਗੈਰਾ ਲੱਗਦੀ ਰਹਿੰਦੀ ਹੈ ਅਤੇ ਹੀਟ ਘੱਟ ਹੁੰਦਾ ਸਰਕਿਟ, ਠੀਕ ਹੈ, ਅਤੇ ਵਾਟਰਪਰੂਫ ਤਾਂ ਵੈਸੇ ਵੀ ਨਹੀਂ ਹੁੰਦਾ, ਪਾਣੀ ਦੇ ਵਿੱਚ ਜਾਊਗਾ ਅਤੇ ਦਿੱਕਤ ਆਊਗੀ ਇਹਦੇ 'ਚ ਵੀ ਜੇ ਪਾਣੀ 'ਚ ਤੁਰ ਗਿਆ ਤਾਂ। ਬਾਕੀ ਚਲੋ ਦੇਖਾਂਗਾ ਜੇ ਹੀਟ ਸ਼੍ਰਿੰਕ ਨਾਲ ਕਵਰ ਕਰਨਾ ਹੋਇਆ ਇਹਨੂੰ ਹੀਟ ਸ਼੍ਰਿੰਕ ਨਾਲ ਕਰ ਲਾਂਗੇ, ਅਤੇ ਜੇ ਇੱਦਾਂ ਹੀ ਕਵਰ ਦਾ ਜੁਗਾੜ ਲੱਗ ਗਿਆ ਤਾਂ ਇੱਦਾਂ ਕਰ ਲਾਂਗੇ। ਆਹ ਇੱਕ ਵਾਰੀ ਫੀਟਿੰਗ ਵਾਸਤੇ ਮੈਂ ਐਕਸਪੈਰੀਮੈਂਟ ਜੇ ਕਰਨ ਦਿਆ ਸੀਗਾ, ਠੀਕ ਆ, ਅਤੇ ਉਸ ਦੇ ਨਾਲ ਅੱਜ ਆਹ ਟਰੈਕਟਰ ਵੀ ਚਲਾਉਂਦੇ ਹਾਂ ਆਪਾਂ, ਜਦੋਂ ਦੇ ਇਹਨੂੰ ਵੱਡੇ ਟਾਇਰ ਪਾਏ ਨੇ ਨਾ ਪਿਛਲੇ, ਉਦੋਂ ਬਾਅਦ ਇਹ ਟਰੈਕਟਰ ਚਲਾਇਆ ਨਹੀਂ ਆਪਾਂ। ਆਪਣੇ ਕੋਲ ਮੌਕੇ 'ਤੇ ਸਿੰਗਲ ਹੀ ਇੱਕ ਪੀਸ ਹੈ ਸਪੀਡ ਵਾਲਾ, ਠੀਕ ਹੈ, ਇਹ ਟਰੈਕਟਰ ਸਪੀਡ ਵਾਲਾ ਆਪਣਾ ਪਾਵਰ ਵਾਲਾ ਨਹੀਂ ਗਾ, ਅੱਜ ਇਹਨੂੰ ਚਲਾਉਂਦੇ ਹਾਂ ਆਪਾਂ ਅਤੇ ਨਾਲੇ ਨਾ ਇਹਦੇ ਨਾਲ ਰੀਲ ਵੀ ਸ਼ੂਟ ਕਰਨੀ ਹੈ। ਕਿਉਂ ਹੁਣ ਆਉਂਦਾ ਨਾ ਹਨੇਰੀਆਂ, ਕੋਈ ਚੀਜ਼ ਹੋਈ ਜਿੰਦਾ ਮੈਨੂੰ ਡਰ ਸੀਗਾ। ਜਦੋਂ ਟਰੈਕਟਰ ਨੂੰ ਮੈਂ ਡਾਊਨ ਕੀਤਾ ਨਾ ਇੱਕੋਦਮ, ਅਤੇ ਥੱਲੇ ਇੰਨੀ ਸਪੀਡ 'ਚ ਆਇਆ ਕਿ ਟਾਇਰ ਵੱਜਿਆ ਇੱਕੋਦਮ ਥੱਲੇ, ਕੜਕ ਕਰਕੇ ਟੁੱਟ ਗਿਆ ਇਹਦੇ ਨਾਲੋਂ। ਵੈਸੇ ਵੀ ਇਹਦੇ 'ਚ ਆ ਜਿਹੜਾ ਐਕਸਲ ਹੈ ਨਾ, ਇਹ ਆਪਾਂ ਜਿਹੜਾ ਨੋਰਮਲ ਯੂਜ਼ ਕਰਦੇ ਹਾਂ ਇਹ ਉਹ ਐਕਸਲ ਨਹੀਂ ਗਾ, ਠੀਕ ਹੈ, ਇਹ ਐਕਸਪੈਰੀਮੈਂਟ ਵਾਸਤੇ ਮੈਂ ਇਹਦੇ 'ਚ ਪਾਇਆ ਸੀ ਕਿਉਂਕਿ ਆਪਣਾ ਐਕਸਪੈਰੀਮੈਂਟ ਵਾਲਾ ਟਰੈਕਟਰ ਹੈ। ਬਾਕੀ ਜਿਹੜੇ ਆਪਣੇ ਸੇਲ ਵਾਲੇ ਟਰੈਕਟਰ ਨੇ ਨਾ, ਉਹਨਾਂ ਦੇ ਵਿੱਚ ਜਿਹੜਾ ਐਕਸਲ ਹੈ ਉਹ ਆ ਜਿਹੜਾ ਆ ਦੇਖੋ, ਇਹ ਐਕਸਲ ਟੁੱਟਦਾ ਨਹੀਂ ਗਾ ਆਪਣੇ ਜਿੰਨੇ ਵੀ ਟਰੈਕਟਰ ਨੇ ਸਾਰਿਆਂ ਦੇ ਵਿੱਚ, ਜਿੱਦਾਂ ਆਪਾਂ ਪ੍ਰਿੰਟ ਨਹੀਂ ਕੀਤਾ ਐਕਸਲ, ਅਤੇ ਪਲਾਸਟਿਕ ਦਾ ਕਾਫੀ ਹੈਵੀ ਐਕਸਲ ਆ ਜਿਹੜਾ ਆਹ ਪੋਰਸ਼ਨ ਜਿਹੜਾ ਇਹਦਾ, ਠੀਕ ਹੈ। ਪਰ ਆਹ ਜਿਹੜਾ ਆਪਣਾ ਐਕਸਪੈਰੀਮੈਂਟ ਵਾਲਾ ਟਰੈਕਟਰ ਹੈ ਇਹਦੇ ਵਿੱਚ ਆਪਾਂ ਆਹ ਐਕਸਲ ਯੂਜ਼ ਕੀਤਾ ਸੀਗਾ। ਬਾਕੀ ਇਹਦੇ ਵਿੱਚ ਵੀ ਹੁਣ ਕਾਫੀ ਸੁਧਾਰ ਕੀਤੇ ਨੇ ਮੈਂ ਇਸ ਡਿਜ਼ਾਈਨ ਦੇ ਵਿੱਚ। ਆਪਣਾ ਜਿਹੜਾ ਇਸ ਟਰੈਕਟਰ ਹੈ ਇਹਦੇ ਵਿੱਚ ਇਹੀ ਡਿਜ਼ਾਈਨ ਯੂਜ਼ ਕੀਤਾ ਆਪਾਂ, ਪਰ ਇਹ ਕਾਫੀ ਅਪਗ੍ਰੇਡ ਹੈ ਹੁਣ, ਠੀਕ ਹੈ, ਹੁਣ ਟੁੱਟਣ ਦੇ ਚਾਂਸ ਘੱਟ ਨੇ ਇਹਦੇ। ਇਹ ਆਪਣਾ ਸਟਾਰਟਿੰਗ ਵਾਲਾ ਡਿਜ਼ਾਈਨ ਸੀਗਾ। ਬਾਕੀ ਚਲੋ ਇਹਨੂੰ ਮੈਂ ਰਿਪੇਅਰ ਕਰਦਾ ਹੁਣੇ, ਰਿਪੇਅਰ ਕਰਕੇ ਅਤੇ ਬਾਹਰ ਆਪਾਂ ਰੀਲ ਵੀ ਸ਼ੂਟ ਕਰਨੀ। ਫਿਰ ਲਓ ਵੀ ਮੁੰਡਿਓ ਸੀਨ ਇੱਦਾਂ ਹੋਇਆ ਕਿ ਪਹਿਲਾਂ ਮੈਂ ਰਿਪੇਅਰ ਕਰਨ ਲੱਗਾ ਸੀਗਾ ਐਕਸਲ, ਫਿਰ ਮੈਂ ਸੋਚਿਆ ਕਿ ਇੱਦਾਂ ਹੀ ਸ਼ੂਟ ਕਰਦੇ ਹਾਂ ਆਪਾਂ, ਅਤੇ ਮੈਂ ਨਾ ਉਹ ਲਾਤਾ ਇੱਕ ਸਾਈਡ 'ਤੇ, ਇਹਦੇ ਥੱਲੇ ਗੁਟਕਾ ਲਾਤਾ ਵੀ ਇੱਕ ਟਾਇਰ ਹਵਾ 'ਚ ਹੀ ਆ ਹੁਣ, ਕਿਉਂਕਿ ਫਿਰ ਨਾ ਆਪਾਂ ਡਿਜ਼ਾਈਨ ਚੇਂਜ ਕਰ ਦਾਂਗੇ ਜਿਹੜਾ ਹੁਣ ਨਵੇਂ ਟਰੈਕਟਰਾਂ 'ਚ ਯੂਜ਼ ਕਰਨਾ ਨਾ, ਉਹੀ ਡਿਜ਼ਾਈਨ ਇਹਦੇ 'ਚ ਯੂਜ਼ ਕਰਾਂਗੇ, ਫਿਰ ਉਹ ਐਕਸਲ ਟੁੱਟਦਾ ਨਹੀਂ। ਵੈਸੇ ਐਕਸਲ ਇਹ ਵੀ ਛੇਤੀ ਕਿਤੇ ਟੁੱਟਦਾ ਨਹੀਂ, ਪਰ ਨਾ ਉੱਥੇ ਟਰੈਕਟਰ ਡਿੱਗਾ ਹੀ ਇੰਨਾ ਗੰਦਾ ਸੀਗਾ ਥੱਲੇ, ਹੁਣ ਮੌਕੇ 'ਤੇ ਇਹਦੇ 'ਚ ਵੇਟ ਹੈ ਨੀਗਾ, ਅਤੇ ਕੁਛ ਇੱਦਾਂ ਕਿ ਜਿਹੜੀ ਥਾਂ ਹੈ ਉਹ ਸਲਿੱਪ ਵਾਲੀ ਹੈ ਵੀ ਟਾਇਰ ਉੱਥੇ ਸਲਿੱਪ ਕੱਢ ਜਾਂਦੇ ਨੇ, ਮਿੱਟੀ 'ਤੇ ਮੇਰੇ ਹਿਸਾਬ ਨਾਲ ਸਹੀ ਰਹੂਗਾ, ਮਿੱਟੀ 'ਤੇ ਟਾਇਰ ਸਲਿੱਪ ਨਹੀਂ ਕੱਢਦੇ, ਮਿੱਟੀ 'ਤੇ ਸਹੀ 'ਚ ਖਿੱਚੂਗਾ ਅੱਗੋਂ। ਪਰ ਮਿੱਟੀ 'ਤੇ ਆਹ ਸੀਨ ਹੈ ਕਿ ਥਾਂ ਪੱਕਾ ਹੈ, ਅਤੇ ਆਹ ਦੇਖੋ ਇੱਦਾਂ ਹੋ ਜੂਗਾ, ਸਿਸਟਮ ਥੱਲੇ ਲੱਗ ਜੂਗਾ, ਟਾਇਰ ਹੋ ਜਾਣਗੇ ਹਵਾ 'ਚ, ਜ਼ਿਆਦਾ ਮਿੱਟੀ ਦੇ ਵਿੱਚ ਨਾ ਸਟੰਟ ਨਹੀਂ ਪ੍ਰੋਪਰ ਕਰਦਾ ਫਿਰ। ਬਾਕੀ ਠੀਕ ਹੈ, ਠੀਕ ਠਾਕ ਸਟੰਟ ਕਰ ਲੈਂਦਾ, ਹੁਣ ਸਿਸਟਮ ਪੂਰਾ ਲੱਗ ਗਿਆ ਥੱਲੇ। ਬਾਕੀ ਇਹ ਟਰੈਕਟਰ ਹੈ ਨਾ ਜਿਹੜਾ, ਇਹ ਸਪੈਸ਼ਲ ਸਟੰਟ ਵਾਸਤੇ ਤੁਸੀਂ ਮੰਨ ਕੇ ਚੱਲੋ, ਆਫ ਰੋਡਿੰਗ ਵੈਸੇ ਤਾਂ ਠੀਕ ਕਰ ਲੈਂਦਾ, ਇੱਦਾਂ ਦਾ ਕੋਈ ਚੱਕਰ ਨਹੀਂ ਗਾ।
ਬਾਕੀ ਰੇਂਜ ਰੂੰਜ ਵੀ ਠੀਕ ਆ। ਰੇਂਜ ਤਾਂ ਚਲੋ ਪਹਿਲਾਂ ਤੁਹਾਨੂੰ ਮੈਂ ਚੈੱਕ ਕਰਾਈ ਹੋਈ ਆ ਕਈ ਵਾਰੀ, ਇੱਕ ਟਾਇਰ ਦੀ ਭੱਜਾ ਹੁੰਦਾ ਚੋਬਰ। ਘਾਇਲ ਘੋੜਾ ਪਰ ਫਿਰ ਵੀ ਕੋਈ ਪਰਵਾਹ ਨਹੀਂ ਜੀ। ਜਮਾਂ ਸੈੱਟ ਓਕੇ ਦੀ ਰਿਪੋਰਟ ਹੈ। ਬੈਂਟਰੀ ਡਾਊਨ ਆ ਬਸ ਇਹਦੀ ਥੋੜ੍ਹੀ ਜੀ, ਅਤੇ ਦੂਜਾ ਇਹਦਾ ਨਾ ਥੱਲੋਂ ਗੇਅਰ ਬੋਕਸ ਕਵਰ ਹੋਣ ਵਾਲਾ ਸਾਰਾ। ਅਤੇ ਬਾਕੀ ਆਹ ਟਰੈਕਟਰ ਨਾ ਹੁਣ ਸੇਲ ਕਰ ਦੇਣਾ ਮੈਂ, ਠੀਕ ਹੈ। ਔਡਰ ਕਰ ਲਿਓ, ਨੰਬਰ ਮੈਂ ਪਾਤਾ, ਰੀਲ ਅਪਲੋਡ ਕਰਤੀ ਹੈ ਐਕਸਲੈਂਡ ਦਾ ਅੱਜ ਕਰਕੇ ਅਪਗ੍ਰੇਡ ਪ੍ਰੋਪਰ। ਬਾਕੀ ਸਾਰਾ ਟਰੈਕਟਰ ਰੇਡੀ ਹੈ ਤੁਹਾਡੇ ਸਾਹਮਣੇ ਹੀ ਹੈ, ਠੀਕ ਹੈ। ਇਹ ਟਰੈਕਟਰ ਸੇਲ ਕਰ ਦੇਣਾ ਹੁਣ ਆਪਾਂ। ਇਹ ਸਪੀਡ ਵਾਲਾ ਸਪੈਸ਼ਲ, ਇਸ ਚੀਜ਼ ਦਾ ਧਿਆਨ ਰੱਖਿਓ। ਜਿਹਨੇ ਵੀ ਔਡਰ ਕਰਨਾ ਬਸ ਇਹ ਸੋਚ ਕੇ ਕਰਿਓ ਥੋੜ੍ਹਾ ਜਿਹਾ ਕਿ ਟਰੈਕਟਰ ਇਹ ਸਪੀਡ ਵਾਲਾ, ਠੀਕ ਹੈ, ਵੀ ਇਹਦੇ 'ਚ ਪਾਵਰ ਜ਼ਿਆਦਾ ਨਹੀਂ ਗੀ। ਬਾਕੀ ਪਾਵਰ ਵੀ ਮੈਂ ਪੁਰਾਣੀਆਂ ਵੀਡੀਓ 'ਚ ਵਿਖਾਈ ਹੋਈ ਹੈ, ਇੰਨੀ ਘੱਟ ਵੀ ਨਹੀਂ ਗੀ ਪਾਵਰ ਇਹਦੇ 'ਚ, ਪਰ ਇੰਨਾ ਵੀ ਟਰੈਕਟਰ ਸਪੀਡ ਵਾਲਾ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਸਭ ਨਾਲੋਂ ਪਹਿਲਾਂ ਤਾਂ ਆਹ ਚੈੱਕ ਕਰੋ ਤੁਸੀਂ ਆਪਣਾ 9-11, ਅਤੇ ਟਾਇਰਾਂ ਦਾ ਹੋ ਗਿਆ ਰਿਪੇਅਰ। ਆਹ ਦੇਖੋ ਜਮਾਂ ਓਕੇ ਦੀ ਰਿਪੋਰਟ ਹੈ। ਆਹ ਜਿਹੜਾ ਹੁਣ ਅਪਗ੍ਰੇਡ ਕੀਤਾ ਨਾ, ਇਸ ਅਪਗ੍ਰੇਡ ਤੋਂ ਬਾਅਦ ਇਹਦੇ ਇਸ ਸਪੈਂਡਲ ਦੇ ਟੁੱਟਣ ਦੇ ਚਾਂਸ ਸਿਰਫ 100 ਚੋਂ 5% ਨੇ, ਸਿਰਫ 100 ਚੋਂ 5%, ਕਿ ਬਾਹਲਾ ਹੀ ਜ਼ਿਆਦਾ ਲੋਡ ਨਾ ਆ ਜੇ, ਪਿੰਦੇ ਉੱਤੇ ਕੋਈ ਚੀਜ਼ ਨਾ ਡਿੱਗ ਪਏ, ਉਂਝ ਸਪੈਂਡਲ ਨਹੀਂ ਟੁੱਟਦਾ ਇਹ, ਠੀਕ ਹੈ। ਮੌਕੇ 'ਤੇ ਸੀਨ ਇੱਦਾਂ ਕਿ ਆਪਣਾ ਆਹ ਜਿਹੜਾ ਸਵਰਾਜ ਹੈ ਇਹ 90% ਹੋ ਚੁੱਕਿਆ ਰੇਡੀ। ਆਪਣੇ ਸਵਰਾਜ ਦੇ ਵਿੱਚ ਮੇਨ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਹੁਣ, ਉਹ ਹੈ ਇੱਕ ਤਾਂ ਸਬਵੂਫਰ, ਇੱਥੇ ਡਿਜ਼ਾਇਨ ਜਿਹੜਾ ਉਹ ਅਜੇ ਕਨਫਰਮ ਨਹੀਂ ਗਾ ਕਿ ਸੇਮ ਇਹਦੇ ਨਾਲ ਦਾ ਲਾਉਣਾ ਜਾਂ ਕੋਈ ਹੋਰ ਇਹਦੇ 'ਚ ਵੀ ਚੇਂਜ ਕਰ ਰਹੇ ਨੇ, ਇਸ ਕਰਕੇ ਮੈਂ ਨਹੀਂ ਲਾਇਆ, ਠੀਕ ਹੈ। ਸਲੰਸਰ ਅਤੇ ਏਅਰ ਕਲੀਨਰ ਇਹ ਰਹਿ ਗਿਆ, ਅਤੇ ਪਿੱਛੇ ਰਹਿ ਗਈ ਹੁੱਕ ਲੱਗਣ ਵਾਲੀ। ਬਾਕੀ ਟਰੈਕਟਰ ਆਪਣਾ ਡਨ ਹੈ, ਓਕੇ ਦੀ ਰਿਪੋਰਟ ਹੈ। ਬਟਨ ਇਹਦਾ ਰਿਹਾ ਥੱਲੇ ਲੱਗ ਗਿਆ ਔਨ ਆਫ ਵਾਲਾ, ਠੀਕ ਹੈ। ਬੈਂਟਰੀਆਂ ਦੀ ਪਿੱਛੇ ਮਿਊਜ਼ਿਕ ਸਿਸਟਮ 'ਚ ਪੈਣੀ ਹੈ। ਚਾਰਜਰ ਇਹਦੇ ਸੱਚ ਬਣਾਉਣੇ ਨੇ ਹਜੇ, ਚਾਰਜਰ ਸਾਰੇ ਟਰੈਕਟਰਾਂ ਦੇ ਬਣਨੇ ਆ, ਇਹ ਸਮਾਨ ਆਇਆ ਨਹੀਂ ਗਾ। ਅਤੇ ਰਿਮੋਟ ਕਿੱਥੇ ਗਿਆ ਆਪਣਾ? ਰਿਮੋਟ ਆ ਰਿਹਾ, ਵੀ ਆ ਰਿਹਾ ਰਿਮੋਟ, ਫਰੈਸ਼ ਨਿਊ ਨਵਾਂ ਰਿਮੋਟ ਡੱਬੇ 'ਚੋਂ ਕੱਢਿਆ, ਠੀਕ ਹੈ। ਥਰੋਟਲ ਨੱਪਿਆ ਗਿਆ, ਅਤੇ ਕਟਾਈ ਕਟੂਈ ਜਮ੍ਹਾਂ ਓਕੇ ਆ, ਠੀਕ ਹੈ। ਟਰੈਕਟਰ ਦਾ ਲੋ ਗੇਅਰ ਜਮ੍ਹਾਂ ਓਕੇ ਆ, ਅਤੇ ਹਾਈ ਗੇਅਰ ਵੀ ਜਮ੍ਹਾਂ ਓਕੇ ਆ, ਹਾਈ ਗੇਅਰ ਵੀ ਜਮ੍ਹਾਂ ਓਕੇ ਆ। ਪਰ ਮੈਂ ਥਰੋਟਲ ਆਪ ਹੀ ਨਹੀਂ ਜਾਣ ਕੇ ਦੇਣ ਦਿਆ, ਵੀ ਇਹ ਨਾ ਹੋਵੇ ਵੀ ਡਿੱਗ ਕੇ ਕੋਈ ਕਾਂਡ ਹੋ ਜੇ। ਬਾਕੀ ਕਟਾਈ ਕਟੂਈ ਠੀਕ ਹੈ, ਜਮ੍ਹਾਂ ਸੈੱਟ ਹੈ। ਇਹ ਟਰੈਕਟਰ ਇਹਦੇ ਵਿੱਚ ਨਾ ਦੋਵਾਂ ਟਰੈਕਟਰਾਂ ਦਾ ਕੋਂਬੀਨੇਸ਼ਨ ਹੈ। ਕੋਂਬੀਨੇਸ਼ਨ ਦਾ ਮੇਰਾ ਮਤਲਬ ਸੀਗਾ ਕਿ ਆਹ ਜਿਹੜਾ 9-11 ਇਹਦੇ ਵਿੱਚ ਫੁੱਲ ਸਪੀਡ ਹੈ, ਠੀਕ ਹੈ। ਅਤੇ ਜਿਹੜੇ ਆਹ ਸਵਰਾਜ ਬਣਦਾ ਨੇ ਛੋਟੇ ਰਿਮੋਟਾਂ 'ਚ, ਇਹਦੇ 'ਚ ਪਾਵਰ ਹੈ, ਪਰ ਆਹ ਜਿਹੜਾ ਟਰੈਕਟਰ ਹੈ ਇਹਦੇ ਵਿੱਚ ਸਪੀਡ ਵੀ ਫੁੱਲ ਹੈ ਅਤੇ ਪਾਵਰ ਵੀ ਫੁੱਲ ਹੈ, ਇਹ ਦੋਵਾਂ ਦਾ ਕੋਂਬੀਨੇਸ਼ਨ ਹੈ, ਦੋਵਾਂ ਦੇ ਮੇਲ ਨਾਲ ਬਣਿਆ ਟਰੈਕਟਰ ਹੈ। ਬਾਕੀ ਨਾ ਮੈਨੂੰ ਐਂ ਲੱਗਣ ਦਿਆ ਕਿ ਆਪਾਂ ਨੂੰ ਨਾ ਇਹਦੇ 'ਤੇ ਬੰਪਰ ਵਾਲਾ ਜਗਾੜ ਕਰਨਾ ਪੈਣਾ, ਬੰਪਰ ਬਿਨਾ ਨਹੀਂ ਸਰਨਾ, ਅਜੇ ਚੋ ਵੀ ਨਹੀਂ ਰੱਖੀ ਢੰਗ ਤਰ੍ਹਾਂ। ਟੈਸਟਿੰਗ ਤਾਂ ਫਿਰ ਇੱਦਾਂ ਹੀ ਹੁੰਦੀ ਟਰੈਕਟਰ ਦੀ, ਵੀ ਚੀਜ਼ ਬਣਦੀ ਹੈ ਕਿੱਦਾਂ ਦੀ ਬਣਦੀ ਹੈ। ਬਾਕੀ ਸੈੱਟ ਹੈ, ਓਕੇ ਦੀ ਰਿਪੋਰਟ ਹੈ। ਟਰੈਕਟਰ 'ਚ ਥਰੋਟਲ ਇੰਨਾ ਜ਼ਿਆਦਾ ਹੈਗਾ ਕਿ ਪਿੱਛੇ ਨੂੰ ਕਰਨ ਦੀ ਲੋੜ ਨਹੀਂ ਟਰੈਕਟਰ ਨੂੰ, ਐਵੇਂ ਖੜ੍ਹੇ ਦਾ ਥਰੋਟਲ ਦੇ ਦਾਂਗੇ ਨਾ ਟਰੈਕਟਰ ਚੱਕਿਆ ਜਾਊਗਾ, ਕਿਉਂ ਜਿਵੇਂ ਓਕੇ ਆ।
ਜਮਾ ਸੈੱਟ ਓਕੇ ਦੀ ਰਿਪੋਰਟ ਦੇਖਦੇ ਹਾਂ ਆਹ ਟਰੈਕਟਰ ਕਿਹਦੀ ਕਿਸਮਤ 'ਚ ਹੈ। ਇਹਦਾ ਹਜੇ ਕੰਮ ਰਹਿੰਦਾ ਗੇਅਰ ਬੋਕਸ ਵਗੈਰਾ ਥੱਲੋਂ ਹਜੇ ਕਵਰ ਕਰਨਾ ਉਹ ਕੋਈ ਚੱਕਰ ਨਹੀਂ ਉਹ ਆਪਾਂ ਕਰ ਲਾਂਗੇ ਉਹ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਅੱਧੇ ਘੰਟੇ ਦਾ ਕੰਮ ਹੈ ਡਿਜ਼ਾਇਨ ਕਰਕੇ ਮੌਕੇ 'ਤੇ ਨਾ ਵਲੋਗ ਮੈਂ ਟਾਈਮ ਨਾਲ ਐਂਡ ਕਰਦਾ 8:30 ਹੋਏ ਨੇ ਅਜੇ ਵੈਸੇ ਤਾਂ ਮੈਂ ਨੋਰਮਲੀ 12:00 ਸੌਂਦਾ ਪਰ ਨਾ ਸਵੇਰੇ ਇੱਕ ਜ਼ਰੂਰੀ ਕੰਮ ਜਾਣਾ ਕਿ ਸਵੇਰੇ 3-4 ਵਜੇ ਤੁਰਨਾ ਮੈਂ ਅਤੇ ਉਸ ਵਾਸਤੇ ਸਵੇਰੇ ਵਲੋਗ ਨਾ ਆਵੇ ਬਾਈ ਚਲੋ ਮੈਂ ਕੋਸ਼ਿਸ਼ ਕਰਾਂਗਾ ਮਾੜਾ ਚੰਗਾ ਜਿਹਾ ਬਣਾ ਲਿਆ ਜਾਂ ਜੇ ਸਵੇਰੇ ਟਾਈਮ ਨਾਲ ਵਾਪਸ ਆ ਗਿਆ ਮੈਂ ਅਤੇ ਸ਼ਾਮ ਨੂੰ ਇੱਕ ਵੀਡੀਓ ਸ਼ੂਟ ਕਰ ਲਾਂਗੇ ਮਾੜਾ ਮੋਟਾ ਕੰਮ ਕਰ ਲਾਂਗੇ ਨਹੀਂ ਤਾਂ ਇੱਕ ਦਿਨ ਦਾ ਗੈਪ ਪੈ ਜਾਊਗਾ ਉਹ ਚਲੋ ਤੁਹਾਨੂੰ ਪਤਾ ਲੱਗ ਹੀ ਜਾਊਗਾ ਜੋ ਵੀ ਹੋਊਗਾ ਜਿਵੇਂ ਵੀ ਹੋਊਗਾ। ਚਲੋ ਠੀਕ ਆ ਮੁੰਡਿਓ ਆਹ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਆਹ ਤਿੰਨੇ ਸਵਰਾਜ ਲੈਂਸਰ ਆਲਮੋਸਟ ਰੇਡੀ ਮੰਨ ਕੇ ਚੱਲੋ ਤੁਸੀਂ ਠੀਕ ਹੈ ਜਮਾਂ ਓਕੇ ਦੀ ਰਿਪੋਰਟ ਹੈ ਅਤੇ ਰਿਮੋਟ ਵੀ ਜਮਾਂ ਸਹੀ ਹੈ ਟੈਸਟਿੰਗ ਟੂਸਟਿੰਗ ਸਭ ਓਕੇ ਹੋ ਚੁੱਕਿਆ ਠੀਕ ਹੈ ਛੇਤੀ ਵੀ ਆਪਾਂ 9:30 ਬਣਾਉਂਦੇ ਹਾਂ ਸੇਮ ਇਸੇ ਕੈਟੇਗਰੀ ਦੇ ਵੈਸੇ ਤਾਂ ਕੱਲ੍ਹ ਹੀ ਕੰਮ ਸ਼ੁਰੂ ਕਰ ਦੇਣਾ ਸੀ ਪਰ ਕੱਲ੍ਹ ਮੈਨੂੰ ਕਿਤੇ ਜਾਣਾ ਪਊਗਾ ਇਸ ਕਰਕੇ ਉਹਨਾਂ 'ਤੇ ਕੰਮ 1-2 ਦਿਨ ਲੇਟ ਹੋ ਜੂਗਾ ਬਾਕੀ ਚਲੋ ਕੋਈ ਚੱਕਰ ਨਹੀਂ ਮਿਲਦੇ ਹਾਂ ਹੁਣ ਸਵੇਰੇ ਨਵੇਂ ਵਲੋਗ 'ਚ ਜੇ ਸਵੇਰੇ ਬਣਾਇਆ ਤਾਂ ਨਹੀਂ ਤਾਂ ਪਰਸੋਂ ਮਿਲਾਂਗੇ ਮੁੜਕਾਉਣਾ ਸ਼ੁਰੂ ਹੋ ਚੁੱਕਿਆ ਏਸੀ ਉਸੀ ਦੀ ਵੀ ਕਰੀਏ ਸਰਵਿਸ ਕੁਛ ਕੁ ਦੇਣੀ ਹੈ ਬਿਨਾਂ ਏਸੀ ਤੋਂ ਹੁਣ ਚੱਲੂਗਾ ਚਲੋ ਮਿਲਦੇ ਹਾਂ ਫਿਰ ਸਵੇਰੇ ਓਕੇ ਬਾਏ ਟਾਟਾ।